ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੀ। ਅੱਜ ਕੁਝ ਅਜਿਹੀਆਂ ਗੱਲਾਂ ਬਾਰੇ ਗੱਲ ਕਰਾਂਗੇ ਜੋ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਣਗੀਆਂ। ਅਤੇ ਚਲੋ ਹੁਣ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅਤੇ ਇਸ ਵੀਡੀਓ ਵਿੱਚ ਜੇ ਕੋਈ ਸਾਡੇ ਕੋਲੋਂ ਗਲਤੀ ਹੋ ਗਈ ਹੋਵੇ ਤਾਂ ਮਾਫ ਕਰ ਦਿਓ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਹ ਸਾਡੇ ਵਾਸਤੇ ਬਹੁਤ ਵਧੀਆ ਗੱਲ ਹੈ। ਪਰ ਸਾਡਾ ਜ਼ੋਰ ਹਮੇਸ਼ਾ ਇਹਨਾਂ ਗੱਲਾਂ ਵੱਲ ਲੱਗ ਜਾਂਦਾ ਹੈ ਕਿ ਵਧੀਆ ਪ੍ਰੋਗਰਾਮ ਕਿਵੇਂ ਕਰੀਏ। ਬਾਬਾ ਜੀ ਦੇ ਪ੍ਰਕਾਸ਼ ਪੁਰਬ 'ਤੇ ਸਾਡਾ ਕਿਸੇ ਦਾ ਵੀ ਇਸ ਚੀਜ਼ 'ਤੇ ਧਿਆਨ ਨਹੀਂ ਹੁੰਦਾ ਕਿ ਉਹਨਾਂ ਨੇ ਸਾਨੂੰ ਕੀ ਸ਼ਿਕਸ਼ਾ ਦਿੱਤੀ ਹੈ। ਮਤਲਬ ਗੁਰਪੁਰਬ ਤੋਂ ਬਾਅਦ ਜੇਕਰ ਅਸੀਂ ਉਹੀ ਚੀਜ਼ਾਂ ਕਰਨੀਆਂ, ਅਸੀਂ ਚੋਰੀ ਠੱਗੀ ਧੋਖਾ, ਤਾਂ ਫਿਰ ਇਸ ਚੀਜ਼ ਦਾ ਮਤਲਬ ਕਿ ਅਸੀਂ ਬਸ ਮੱਥਾ ਟੇਕ ਕੇ ਲੰਗਰ ਛੱਕ ਕੇ ਵਾਪਸ ਆ ਜਾਂਦੇ ਹਾਂ। ਪਰ ਗੁਰੂ ਨਾਨਕ ਦੇਵ ਜੀ ਦੀਆਂ ਗੱਲਾਂ ਨੂੰ ਸਮਝਦੇ ਹੀ ਨਹੀਂ, ਕਦੀ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਉਹ ਕੀ ਸਿਖਾਉਣਾ ਚਾਹੁੰਦੇ ਹਨ। ਪਰ ਜੇਕਰ ਅਸੀਂ ਉਹਨਾਂ ਦੇ ਕਹੇ ਸ਼ਬਦਾਂ 'ਤੇ ਥੋੜ੍ਹਾ ਜਿਹਾ ਵੀ ਚੱਲਦੇ ਹਾਂ ਤਾਂ ਸਾਡੀ ਜ਼ਿੰਦਗੀ ਬਹੁਤ ਸੁਖਾਲੀ ਹੋ ਸਕਦੀ ਹੈ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸਮਾਜ ਜਾਤੀਵਾਦ ਵਿੱਚ ਫਸਿਆ ਹੋਇਆ ਸੀ। ਪਰ ਜੇ ਅੱਜ ਦੀ ਗੱਲ ਕਰੀਏ ਤਾਂ ਉੱਥੇ ਹੀ ਫਸਿਆ ਪਿਆ ਹੈ। ਮੇਰੇ ਕਹਿਣ ਦਾ ਭਾਵ, ਇੱਕ ਪਿੰਡ ਵਿੱਚ ਦੋ ਦੋ ਗੁਰਦੁਆਰੇ ਹੋਣਾ ਇਸ ਗੱਲ ਦਾ ਸਬੂਤ ਹੈ। ਚਾਰੇ ਪਾਸੇ ਬੇਈਮਾਨੀ ਅਤੇ ਅੰਧ ਵਿਸ਼ਵਾਸ ਦੇ ਕਾਲੇ ਬੱਦਲ ਛਾਏ ਹੋਏ ਸੀ ਅਤੇ ਸਾਰੇ ਲੋਕ ਦੁੱਖਾਂ ਦੇ ਵਿੱਚ ਜਕੜੇ ਹੋਏ ਸਨ। ਉਸ ਸਮੇਂ ਜਨਮ ਹੋਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਜਿਨ੍ਹਾਂ ਨੇ ਆਪਣੇ ਗਿਆਨ ਦੇ ਪ੍ਰਕਾਸ਼ ਨਾਲ ਚਾਰੇ ਦਿਸ਼ਾਵਾਂ ਰੋਸ਼ਨ ਕਰ ਦਿੱਤੀਆਂ। 15 ਅਪ੍ਰੈਲ 1469 ਈਸਵੀ ਵਿੱਚ ਗੁਰੂ ਜੀ ਦਾ ਜਨਮ ਹੋਇਆ ਅਤੇ ਉਹਨਾਂ ਦੇ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਅਤੇ ਪਿਤਾ ਮਹਿਤਾ ਕਾਲੂ ਜੀ ਸਨ, ਜੋ ਕਿ ਇੱਕ ਕਿਸਾਨ ਸੀ ਅਤੇ ਪਿੰਡ ਵਿੱਚ ਹੀ ਖੇਤੀਬਾੜੀ ਕਰਦੇ ਸਨ। ਉਹਨਾਂ ਦਾ ਜਨਮ ਰਾਏ ਭੋਏ ਦੀ ਤਲਵੰਡੀ ਵਿੱਚ ਹੋਇਆ ਸੀ, ਜਿਸ ਸਥਾਨ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਆਖਦੇ ਹਨ, ਜੋ ਅੱਜ ਪਾਕਿਸਤਾਨ ਵਿੱਚ ਹੈ। ਗੁਰੂ ਨਾਨਕ ਦੇਵ ਜੀ ਦੀ ਇੱਕ ਵੱਡੀ ਭੈਣ ਸੀ ਜਿਸ ਦਾ ਨਾਮ ਬੀਬੀ ਨਾਨਕੀ ਸੀ, ਜਿਸ ਕਾਰਨ ਗੁਰੂ ਜੀ ਦਾ ਨਾਮ ਨਾਨਕ ਪਿਆ ਸੀ। ਗੁਰੂ ਜੀ ਬਚਪਨ ਵਿੱਚ ਹੀ ਸੰਸਾਰਕ ਦੁੱਖ ਸੁੱਖ ਤੋਂ ਪਰੇ ਸੀ। ਉਹ ਅੱਖਾਂ ਬੰਦ ਕਰਕੇ ਪਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਸੀ ਅਤੇ ਉਹ ਕਿਸ ਨੂੰ ਰੱਬ ਮੰਨਦੇ ਸੀ, ਕਿਉਂਕਿ ਅਸੀਂ ਹਮੇਸ਼ਾ ਤੋਂ ਸੁਣਦੇ ਆਏ ਹਾਂ ਕਿ ਇਹ ਦੁਨੀਆ, ਇਹ ਸ੍ਰਿਸ਼ਟੀ ਰੱਬ ਨੇ ਬਣਾਈ ਹੈ। ਪਰ ਇੱਥੇ ਦੇਖਿਆ ਜਾਵੇ ਕਿ ਗੁਰੂ ਜੀ ਤੋਂ ਪਹਿਲਾਂ ਵੀ ਦੁਨੀਆ ਅਤੇ ਇਹ ਸੰਸਾਰ ਸੀਗਾ। ਇਹੀ ਗੱਲ ਸਾਨੂੰ ਗੁਰੂ ਨਾਨਕ ਦੇਵ ਜੀ ਸਮਝਾਉਣਾ ਚਾਹੁੰਦੇ ਸੀ ਕਿ ਰੱਬ ਉਹ ਹੈ ਜਿਸ ਦਾ ਕੋਈ ਆਕਾਰ, ਜਿਸ ਦੀ ਕੋਈ ਸ਼ਕਲ, ਜਿਸ ਦਾ ਕੋਈ ਅੰਤ ਅਤੇ ਉਸ ਦੀ ਕੋਈ ਜੂਨੀ ਨਹੀਂ ਹੁੰਦੀ। ਗੁਰਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਅਜੂਨੀ ਸੈਭੰਗ, ਇਹ ਰੱਬ ਦੀ ਹੀ ਗੱਲ ਕੀਤੀ ਗਈ ਹੈ, ਕਿਉਂਕਿ ਰੱਬ ਦੀ ਕੋਈ ਜੂਨੀ ਨਹੀਂ ਹੁੰਦੀ। ਮਨੁੱਖ ਅਤੇ ਪਸ਼ੂਆਂ ਦੀ ਇੱਕ ਜੂਨ ਹੁੰਦੀ ਹੈ ਅਤੇ ਸੈਭੰਗ ਜੋ ਆਪਣੇ ਆਪ ਤੋਂ ਬਣਿਆ ਹੋਵੇ, ਇਸੇ ਚੀਜ਼ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਣਾ ਉਹਨਾਂ ਦੇ ਕਹਿਣ ਦਾ ਭਾਵ ਹੈ, ਰੱਬ ਸਾਡੇ ਅੰਦਰ ਹੀ ਹੈ ਅਤੇ ਕੁਦਰਤ ਨੂੰ ਅਸੀਂ ਰੱਬ ਮੰਨ ਸਕਦੇ ਹਾਂ। ਹੁਣ ਅੱਗੇ ਗੱਲ ਕਰਦੇ ਹਾਂ, ਸੰਨ 1485 ਵਿੱਚ ਉਹਨਾਂ ਦਾ ਵਿਆਹ ਬਟਾਲਾ ਵਿੱਚ ਰਹਿਣ ਵਾਲੇ ਬੀਬੀ ਸੁਲੱਖਣੀ ਜੀ ਨਾਲ ਹੋ ਗਿਆ। ਉਸ ਤੋਂ ਬਾਅਦ ਉਹਨਾਂ ਦੇ ਦੋ ਪੁੱਤਰ ਵੀ ਹੋਏ। ਅਤੇ ਇਹ ਗੱਲ ਤੁਸੀਂ ਬਚਪਨ ਤੋਂ ਪੜ੍ਹਦੇ ਅਤੇ ਸੁਣਦੇ ਆਏ ਹੋ ਕਿ ਇੱਕ ਵਾਰ ਗੁਰੂ ਜੀ ਦੇ ਪਿਤਾ ਨੇ ਉਹਨਾਂ ਨੂੰ 20 ਰੁਪਏ ਦੇ ਦਿੱਤੇ ਅਤੇ ਕਿਹਾ ਕਿ ਉਹ ਕੋਈ ਸੱਚਾ ਸੌਦਾ ਕਰਕੇ ਆਵੇ ਅਤੇ ਬਾਜ਼ਾਰ ਘੱਲ ਦਿੱਤਾ। ਪਰ ਗੁਰੂ ਜੀ ਨੇ ਰਸਤੇ ਵਿੱਚ ਇੱਕ ਮੇਲੇ ਵਿੱਚ ਬੈਠੇ ਭੁੱਖੇ ਸਾਧ ਸੰਤਾਂ ਨੂੰ 20 ਰੁਪਏ ਦਾ ਲੰਗਰ ਛਕਾਇਆ ਅਤੇ ਦਾਨ ਵੀ ਕੀਤਾ।
ਇਸ ਗੱਲ ਦਾ ਜਦੋਂ ਉਹਨਾਂ ਦੇ ਪਿਤਾ ਨੂੰ ਪਤਾ ਲੱਗਾ, ਕਿਹਾ ਕਿ ਮੈਂ ਤੈਨੂੰ ਇਹ 20 ਰੁਪਏ ਕੋਈ ਸੱਚਾ ਸੌਦਾ ਕਰਨ ਲਈ ਦਿੱਤੇ ਸੀ, ਤਾਂ ਗੁਰੂ ਜੀ ਨੇ ਕਿਹਾ, ਕਿਸੇ ਭੁੱਖੇ ਨੂੰ ਭੋਜਨ ਛਕਾਉਣ ਤੋਂ ਜ਼ਿਆਦਾ ਸੱਚਾ ਸੌਦਾ ਕਿਹੜਾ ਹੋ ਸਕਦਾ ਹੈ। ਅਤੇ ਉਸ ਸਮੇਂ ਸ਼ੁਰੂ ਕੀਤੀ ਹੋਈ ਲੰਗਰ ਦੀ ਪ੍ਰਥਾ ਅੱਜ ਵੀ ਚੱਲ ਰਹੀ ਹੈ। ਇਸ ਤੋਂ ਇਹ ਗੱਲ ਪਤਾ ਲੱਗਦੀ ਹੈ ਕਿ ਗੁਰੂ ਜੀ ਦਾ ਲੰਗਰ ਉਸ ਸਮੇਂ ਤੋਂ ਅੱਜ ਤੱਕ ਚੱਲ ਰਿਹਾ ਹੈ। ਅਤੇ ਲੰਗਰ ਛਕਣ ਸਮੇਂ ਪੰਗਤ ਵਿੱਚ ਬੈਠ ਕੇ ਹਰ ਛੋਟਾ ਵੱਡਾ ਵਿਅਕਤੀ ਇੱਕ ਸਮਾਨ ਹੋ ਜਾਂਦਾ ਹੈ। ਨਵੰਬਰ 1504 ਵਿੱਚ ਭੈਣ ਨਾਨਕੀ ਜੀ ਦੇ ਪਤੀ ਨੇ ਗੁਰੂ ਜੀ ਨੂੰ ਆਪਣੇ ਕੋਲ ਸੁਲਤਾਨਪੁਰ ਬੁਲਾ ਲਿਆ। ਨਵੰਬਰ 1504 ਤੋਂ ਅਕਤੂਬਰ 1507 ਈਸਵੀ ਤੱਕ ਗੁਰੂ ਜੀ ਨੇ ਸੁਲਤਾਨਪੁਰ ਦੇ ਗਵਰਨਰ ਕੋਲ ਕੰਮ ਕੀਤਾ ਅਤੇ ਆਪਣੀ ਤਨਖਾਹ ਦਾ ਜ਼ਿਆਦਾਤਰ ਹਿੱਸਾ ਉਹ ਦਾਨਪੁੰਨ ਵਿੱਚ ਲਗਾ ਦਿੰਦੇ ਸਨ ਅਤੇ ਹਰ ਰੋਜ਼ ਉਹ ਬੇਈ ਨਦੀ ਦੇ ਇਸ਼ਨਾਨ ਕਰਨ ਜਾਂਦੇ ਸੀ। ਪਰ ਇੱਕ ਵਾਰ 3 ਦਿਨ ਤੱਕ ਨਦੀ 'ਚੋਂ ਵਾਪਸ ਨਹੀਂ ਆਏ, 3 ਦਿਨ ਅਲੋਪ ਰਹੇ ਅਤੇ 3ਜੇ ਦਿਨ ਜਦੋਂ ਉਹ ਵਾਪਸ ਆਏ ਅਤੇ ਇਸ ਤੋਂ ਬਾਅਦ ਇਹਨਾਂ ਨੇ ਸਾਰੀ ਦੁਨੀਆ ਵਿੱਚ ਧਰਮ ਦਾ ਪ੍ਰਚਾਰ ਕੀਤਾ ਅਤੇ ਇਹਨਾਂ ਯਾਤਰਾਵਾਂ ਦੌਰਾਨ ਇਹਨਾਂ ਨੇ ਕਈ ਹੰਕਾਰੀਆਂ ਠੱਗਾਂ ਦਾ ਹੰਕਾਰ ਤੋੜਿਆ ਅਤੇ ਸਿੱਧੇ ਰਸਤੇ ਪਾਇਆ। ਗੁਰੂ ਜੀ ਨੇ ਇਸ ਦੌਰਾਨ ਉਸ ਹਰ ਇੱਕ ਸ਼ਖਸ ਦੇ ਘਰ ਭੋਜਨ ਕੀਤਾ ਜਿਸਨੇ ਉਹਨਾਂ ਨੂੰ ਪਿਆਰ ਨਾਲ ਬੁਲਾਇਆ ਹੋਵੇ। ਗੁਰੂ ਜੀ ਹਮੇਸ਼ਾ ਹੱਕ ਸੱਚ ਦੀ ਕਮਾਈ ਕਰਨ ਦਾ ਹੋਕਾ ਦਿੰਦੇ ਸੀ, ਪਰ ਬਹੁਤ ਲੋਕ ਅੱਜ ਇਹ ਗੱਲ ਭੁੱਲ ਚੁੱਕੇ ਹਨ। ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆ ਵਿੱਚ ਪੈਦਲ ਯਾਤਰਾ ਕੀਤੀ ਸੀ। ਹਰੇਕ ਜਗ੍ਹਾ 'ਤੇ ਗੁਰੂ ਜੀ ਨੂੰ ਅਲੱਗ ਅਲੱਗ ਨਾਮਾਂ ਨਾਲ ਜਾਣਿਆ ਜਾਂਦਾ ਹੈ, ਜਿਵੇਂ ਸ਼੍ਰੀਲੰਕਾ ਵਿੱਚ ਗੁਰੂ ਜੀ ਨੂੰ ਨਾਨਕ ਚਾਰਿਆ ਕਿਹਾ ਜਾਂਦਾ ਹੈ, ਤਿੱਬਤ ਵਿੱਚ ਨਾਨਕ ਲਾਮਾ ਕਿਹਾ ਜਾਂਦਾ ਹੈ ਅਤੇ ਰੂਸ ਦੇ ਲੋਕ ਗੁਰੂ ਜੀ ਨੂੰ ਨਾਨਕ ਕਮਦਾਰ ਆਖਦੇ ਹਨ। ਇਰਾਕ ਵਿੱਚ ਗੁਰੂ ਜੀ ਨੂੰ ਨਾਨਕ ਪੀਰ ਕਿਹਾ ਜਾਂਦਾ ਹੈ। ਨੇਪਾਲ ਵਿੱਚ ਗੁਰੂ ਜੀ ਨੂੰ ਨਾਨਕ ਰਿਸ਼ੀ ਕਿਹਾ ਜਾਂਦਾ ਹੈ। ਚੀਨ ਦੇ ਲੋਕ ਗੁਰੂ ਜੀ ਨੂੰ ਬਾਬਾ ਫੂਸਾ ਆਖਦੇ ਹਨ। ਮਿਸਰ ਦੇ ਲੋਕ ਨਾਨਕ ਬਾਲੀ ਅਤੇ ਸਾਊਦੀ ਅਰਬ ਦੇ ਲੋਕ ਬਾਲੀ ਰਿੰਡਕ ਆਖਦੇ ਹਨ। ਅਲੱਗ ਅਲੱਗ ਦੇਸ਼ਾਂ ਵਿੱਚ ਅਲੱਗ ਅਲੱਗ ਨਾਮ ਨਾਲ ਜਾਣਿਆ ਜਾਂਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ, ਅਤੇ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ। ਜੋ ਸਿੱਖਾਂ ਦੇ ਪਹਿਲੇ ਗੁਰੂ ਹੋਏ ਅਤੇ ਆਖਰੀ ਸਮੇਂ ਗੁਰੂ ਜੀ ਆਪਣੇ ਪਰਿਵਾਰ ਨਾਲ ਕਰਤਾਰਪੁਰ ਵਿਖੇ ਰਹੇ। 1521 ਤੋਂ ਲੈ ਕੇ 1539 ਈਸਵੀ ਤੱਕ ਗੁਰੂ ਜੀ ਇੱਥੇ ਹੀ ਰਹੇ ਅਤੇ ਆਪਣੀ ਗੁਰੂ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ। ਤੁਹਾਨੂੰ ਦੱਸ ਦੇਈਏ, ਉਹਨਾਂ ਨੂੰ ਪਹਿਲਾਂ ਭਾਈ ਲਹਿਣਾ ਜੀ ਕਿਹਾ ਜਾਂਦਾ ਸੀ। 25 ਸਤੰਬਰ 1539 ਈਸਵੀ ਨੂੰ ਗੁਰੂ ਜੀ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਗੁਰੂ ਜੀ ਹਿੰਦੂ ਅਤੇ ਸਿੱਖਾਂ ਨੂੰ ਬਰਾਬਰ ਹੀ ਪਸੰਦ ਸੀ ਅਤੇ ਸਾਰੇ ਹੀ ਉਹਨਾਂ ਦੀਆਂ ਗੱਲਾਂ 'ਤੇ ਅਮਲ ਕਰਦੇ ਸੀ। ਭਾਰਤ ਅਤੇ ਪਾਕਿਸਤਾਨ ਦੇ ਅੱਡ ਅੱਡ ਹੋਣ ਕਰਕੇ ਭਾਰਤੀਆਂ ਦਾ ਨਨਕਾਣਾ ਸਾਹਿਬ ਜਾਣਾ ਔਖਾ ਹੋ ਗਿਆ ਸੀ, ਪਰ ਸਾਡੇ ਬਹੁਤ ਲੋਕ ਇਸ ਨੂੰ ਸਹੀ ਕਰਨ ਵਿੱਚ ਲੱਗੇ ਹੋਏ ਸਨ ਅਤੇ ਜਿਸ ਦੇ ਫਲਸਰੂਪ ਇੱਕ ਲਾਂਘਾ ਤਾਂ ਖੁੱਲ੍ਹ ਗਿਆ ਹੈ ਅਤੇ ਹੌਲੀ ਹੌਲੀ ਆਸ ਕਰਦੇ ਹਾਂ ਕਿ ਸਾਰੇ ਖੁੱਲ੍ਹ ਜਾਣਗੇ। ਹੁਣ ਅਸੀਂ ਗੱਲ ਕਰਦੇ ਹਾਂ ਜੋ ਹਰ ਇੱਕ ਇਨਸਾਨ ਨੂੰ ਪਤਾ ਹੋਣੀ ਚਾਹੀਦੀ ਹੈ। ਅਸੀਂ ਸਾਰਿਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਦੇਖੀ ਹੋਵੇਗੀ ਅਤੇ ਹਰ ਇੱਕ ਦੇ ਘਰ ਵਿੱਚ ਫੋਟੋ ਲੱਗੀ ਵੀ ਹੋਵੇਗੀ ਅਤੇ ਜਿਨ੍ਹਾਂ ਨੂੰ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਮੰਨਦੇ ਹਾਂ, ਪਰ ਇਹ ਤਸਵੀਰ 100 ਸਾਲ ਪਹਿਲਾਂ ਜਨਮੇ ਸੋਭਾ ਸਿੰਘ ਨੇ ਬਣਾਈ ਸੀ, ਜੋ ਇੱਕ ਚਿੱਤਰਕਾਰ ਸੀ। ਇਹ ਫੋਟੋ ਉਹਨਾਂ ਦੇ ਦਿਮਾਗ ਦੀ ਉਪਜ ਹੈ, ਪਰ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਫੋਟੋ ਉਸਨੇ ਆਪਣੇ ਆਪ ਦੀ ਬਣਾ ਦਿੱਤੀ ਸੀ। ਸੋਭਾ ਸਿੰਘ ਦੀ ਫੋਟੋ ਅਤੇ ਬਾਬਾ ਨਾਨਕ ਜੀ ਦੀ ਫੋਟੋ ਨੂੰ ਮਿਲਾ ਕੇ ਦੇਖ ਲਿਓ ਤਾਂ ਥੋੜ੍ਹੇ ਫੇਰ ਬਦਲ ਕਰਨ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਸੋਭਾ ਸਿੰਘ ਦੀ ਹੀ ਫੋਟੋ ਹੈ। ਅਤੇ ਜੇਕਰ ਅਸੀਂ ਥੋੜ੍ਹਾ ਜਿਹਾ ਵੀ ਸੋਚੀਏ, ਜਿਹੜੀ ਚੀਜ਼ਾਂ ਤੋਂ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਮਨ੍ਹਾ ਕੀਤਾ ਸੀ, ਸੋਭਾ ਸਿੰਘ ਨੇ ਉਹ ਚੀਜ਼ਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਨਾਲ ਦੁਬਾਰਾ ਜੋੜ ਦਿੱਤਾ, ਜਿਵੇਂ ਕਿ ਉਹਨਾਂ ਦੇ ਸਿਰ 'ਤੇ ਮਾਲਾ ਪਾ ਦਿੱਤੀ, ਗਲ 'ਚ ਮਾਲਾ ਪਾ ਦਿੱਤੀ
ਹੱਥ ਵਿੱਚ ਮਾਲਾ ਫੜਾ ਦਿੱਤੀ। ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਵਿੱਚ ਇਸ ਬਾਰੇ ਕੀ ਕਿਹਾ ਹੈ? ਉਹਨਾਂ ਦਾ ਕਹਿਣਾ ਹੈ ਕਿ ਗਲ ਵਿੱਚ ਮਾਲਾ ਪਾਉਣੀ, ਮੱਥੇ 'ਤੇ ਤਿਲਕ ਲਗਾਉਣਾ, ਇਹ ਸਭ ਫੋਕੜ ਦੇ ਕਰਮ ਹਨ। ਪਰ ਤਸਵੀਰ ਬਣਾਉਣ ਵਾਲੇ ਨੇ ਉਹਨਾਂ ਦੇ ਗਲ ਵਿੱਚ ਮਾਲਾ ਪਾ ਦਿੱਤੀ, ਹੱਥ ਵਿੱਚ ਵੀ ਫੜਾ ਦਿੱਤੀ। ਅੱਗੇ ਗੁਰਬਾਣੀ ਵਿੱਚ ਕਹਿੰਦੇ ਹਨ, ਉਹ ਹਰ ਕੇ ਸੰਤਨ ਨਾ ਆਖੀਏ ਬਨਾਰਸ ਕੇ ਠੱਗ। ਸੋ ਗੁਰਬਾਣੀ ਉਹਨਾਂ ਨੂੰ ਬਨਾਰਸ ਦੇ ਠੱਗ ਕਹਿ ਰਹੀ ਹੈ, ਜਿਨ੍ਹਾਂ ਨੇ ਇਹ ਮਾਲਾ ਜਾਂ ਹੱਥ ਵਿੱਚ ਲੋਟਾ ਫੜਿਆ ਹੁੰਦਾ ਹੈ। ਪਰ ਚਿੱਤਰਕਾਰਾਂ ਨੇ ਇਹਨਾਂ ਦੇ ਹੱਥ ਵਿੱਚ ਵੀ ਮਾਲਾ ਫੜਵਾ ਦਿੱਤੀ, ਅਤੇ ਜਦਕਿ ਗੁਰੂ ਜੀ ਸਾਨੂੰ ਗੁਰਬਾਣੀ ਦੇ ਨਾਲ ਜੋੜ ਕੇ ਗਏ ਸੀ। ਪਰ ਅੱਜ ਅਸੀਂ ਉਲਟ ਚੱਲ ਰਹੇ ਹਾਂ। ਬਾਣੀ ਦੇ ਹਿਸਾਬ ਨਾਲ ਜੇਕਰ ਦੇਖੀਏ ਤਾਂ ਗੁਰੂ ਨਾਨਕ ਦੇਵ ਜੀ ਕਿੱਦਾਂ ਦੇ ਦਿਖਦੇ ਹੋਣਗੇ, ਕਿੰਨਾ ਕੁ ਨੂਰ ਹੋਵੇਗਾ ਉਹਨਾਂ ਦੇ ਚਿਹਰੇ 'ਤੇ। ਪਰ ਕੋਈ ਮਾਲਾ ਜਾਂ ਲੋਟਾ ਨਹੀਂ ਹੱਥ ਵਿੱਚ ਫੜਿਆ ਹੋਵੇਗਾ। ਜੇਕਰ ਸਾਡੇ ਕੋਲ ਪੁੱਛਿਆ ਜਾਵੇ ਕਿ ਗੁਰੂ ਨਾਨਕ ਦੇਵ ਜੀ ਆਮ ਸੀ ਜਾਂ ਖਾਸ, ਤਾਂ ਸਾਰੇ ਲੋਕ ਕਹਿਣਗੇ ਕਿ ਖਾਸ ਸੀ। ਪਰ ਉਹ ਆਮ ਵੀ ਸੀ, ਕਿਉਂਕਿ ਉਹਨਾਂ ਦਾ ਜਨਮ ਸਾਡੇ ਸਾਰਿਆਂ ਵਾਂਗ ਹੀ ਹੋਇਆ ਸੀ। ਪਰ ਉਹਨਾਂ ਨੂੰ ਜੋ ਗੱਲ ਖਾਸ ਬਣਾਉਂਦੀ ਹੈ, ਉਹ ਹੈ ਉਹਨਾਂ ਦਾ ਗਿਆਨ, ਜਿਸ ਨੂੰ ਸੁਣ ਕੇ ਹਰ ਬੁਰੇ ਤੋਂ ਬੁਰਾ ਇਨਸਾਨ ਚੰਗੇ ਰਸਤੇ ਪੈ ਗਿਆ। ਅਤੇ ਉਹਨਾਂ ਕੋਲ ਜੋ ਗਿਆਨ ਅਤੇ ਗੁਣ ਸੀ, ਉਹ ਉਸ ਨੂੰ ਸਾਰੀ ਦੁਨੀਆ ਵਿੱਚ ਫੈਲਾਉਣਾ ਚਾਹੁੰਦੇ ਸੀ, ਤਾਂ ਜੋ ਲੋਕ ਇਹ ਗੁਣ ਲੈ ਕੇ ਆਪਣੀ ਜ਼ਿੰਦਗੀ ਸੁਖਾਲੀ ਕਰ ਸਕਣ ਅਤੇ ਖਾਸ ਬਣ ਸਕਣ। ਇਸੇ ਕਰਕੇ ਉਹ ਖੁਦ ਵੀ ਕਹਿੰਦੇ ਸੀ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਅਤੇ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਧੰਨਵਾਦ।